ਉਹ ਆਂਦਾ ਕਹਿੰਦਾ ਕਿ ਵੀ ਅਸੀਂ ਡਾਕਟਰ ਬੁਲਾਉਣਾ ਟੀਕੇ ਵਾਲਾ ਬਾਹਰੋਂ। ਅਸੀਂ ਪੁੱਛਿਆ ਵੀ ਫੀਸ ਕਿੰਨੀ ਕੁ ਲੱਗੂਗੀ, ਘੱਟੋ ਘੱਟ 10,000 ਤਾਂ ਪਹਿਲਾਂ ਉਹਨਾਂ ਨੇ ਕਿਹਾ ਸੀ, ਬਾਅਦ 'ਚ ਮੈਂ ਉਹਨਾਂ ਨੂੰ ਕਿਹਾ ਵੀ ਵੀਰੇ ਇੰਨੇ ਜੋਕਰੇ ਹੈ ਨਹੀਂ ਗੇ, ਜੇ ਇੰਨੇ ਜੋਕਰੇ ਹੁੰਦੇ ਤਾਂ ਅਸੀਂ ਪ੍ਰਾਈਵੇਟ ਕਰਵਾ ਲੈਂਦੇ। ਅਤੇ ਬਾਅਦ 'ਚ ਕਹਿੰਦਾ ਕਿ ਚੱਲ ਕੋਈ ਨਹੀਂ ਦੀਦੀ, ਆਖੇ ਆਪਾਂ ਕਰ ਲਾਂਗੇ। ਮੈਡਮ ਸਾਹਮਣੇ ਸਾਡੀ ਕੋਈ ਗੱਲ ਨਹੀਂ ਹੋਈ, ਬਾਰ ਬਾਰ ਰੂਮ ਤੋਂ ਮੈਡਮ ਦੇ ਗੱਲ ਹੋਈ ਆ। ਉਹਨਾਂ ਨੇ ਬਾਅਦ 'ਚ 5,000 ਰੁਪਇਆ ਲਿੱਤਾ ਸਾਥੋਂ। ਅਤੇ ਮੈਂ ਵੀਰੇ ਨੂੰ ਕਿਹਾ ਤੁਸੀਂ ਜਾਂਚ ਕਰੋ, ਮੈਂ ਇਹੀ ਗੱਲ ਕਹੀ ਸੀ ਬੇਅੰਤ ਵੀਰੇ ਨੂੰ। ਇਹਨਾਂ ਨੇ ਪੜਤਾਲ ਕੀਤੀ ਤਾਂ ਪਤਾ ਲੱਗਿਆ ਵੀ ਇਹਨਾਂ ਨੇ ਨਜਾਇਜ਼ ਪੈਸੇ ਲਏ। ਸਰਕਾਰ ਤੋਂ ਤੁਹਾਨੂੰ ਕੋਈ ਸਹੂਲਤ? ਕੋਈ ਸਹੂਲਤ ਨਹੀਂ ਜੀ, ਪੈਸੇ ਤਾਂ ਜੇ ਪੱਲੋਂ ਦੇ ਜਾਂਦੇ, ਸਰਕਾਰ ਨੇ ਕੀ ਸਹੂਲਤ ਦਿੱਤੀ ਸਾਨੂੰ? ਗਰੀਬਾਂ ਦਾ ਖੂਨ ਚੂਸ ਰਹੇ। ਸਵਰਨਜੀਤ ਕੌਰ ਅੱਜ ਆਸ਼ਾ ਵਰਕਰ ਨੂੰ 5,000 ਰੁਪਏ ਉਹਨੇ ਫੜਿਆ। ਉਹਨਾਂ ਨੇ ਤੁਹਾਨੂੰ ਕੀ ਕਹਿ ਕੇ ਪੈਸੇ ਮੰਗੇ? ਉਹ ਕਹਿੰਦੇ ਵੀ ਡਾਕਟਰ ਪੈਸੇ ਮੰਗਦੀ ਆ, ਉਹਨੇ ਕਿਹਾ ਕੰਪਾਊਂਡਰ ਨੂੰ ਦਿੱਤੇ ਕਾਲੇ ਨੂੰ। ਵਿਧਾਨ ਸਭਾ ਹਲਕਾ ਬੋਹਲ ਸਿਵਲ ਹਸਪਤਾਲ 'ਚ ਇੱਕ ਕੰਪਾਊਂਡਰ ਤੇ ਰਿਸ਼ਵਤ ਲੈਣ ਦੇ ਦੋਸ਼ ਲੱਗੇ ਨੇ। ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਸ਼ਿਕਾਇਤ ਕਰਤਾ ਬਾਬੂ ਲਾਲ ਪੁੱਤਰ ਵਾਸੀ ਰਾਮਦੇਵ ਅਬੋਹਰ ਨੇ ਦੱਸਿਆ ਕਿ ਮਿਤੀ 7/10/2022 ਨੂੰ ਉਹ ਆਪਣੀ ਗਰਭਵਤੀ ਪਤਨੀ ਦਾ ਆਪਰੇਸ਼ਨ ਕਰਾਉਣ ਲਈ ਸਰਕਾਰੀ ਹਸਪਤਾਲ ਅਬੋਹਰ 'ਚ ਉਸਨੂੰ ਲੈ ਕੇ ਗਿਆ ਸੀ, ਜਿਸ ਤੋਂ ਬਾਅਦ ਰਾਤ ਨੂੰ ਜਦੋਂ ਉਸਦੀ ਪਤਨੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਤਾਂ ਕੰਪਾਊਂਡਰ ਕਾਲਾ ਤੇ ਉਹਨਾਂ ਕੋਲੋਂ ਕਥਿਤ 3,500 ਰੁਪਏ ਦੀ ਮੰਗ ਕੀਤੀ, ਜਿਸ ਤੋਂ ਬਾਅਦ ਉਸਨੇ ਉਸਨੂੰ 2,000 ਰੁਪਏ ਦੇ ਦਿੱਤੇ, ਪਰ ਉਹ ਬਾਕੀ ਦੇ 1,500 ਰੁਪਏ ਵੀ ਮੰਗ ਰਿਹਾ ਸੀ। ਉਹਨਾਂ ਨੇ SMO ਅਬੋਹਰ ਨੂੰ ਲਿਖਤੀ ਦਰਖਾਸਤ ਰਾਹੀਂ ਉਕਤ ਕੰਪਾਊਂਡਰ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਬਾਈ ਜੀ ਕੀ ਨਾਮ ਹੈ ਤੁਹਾਡਾ? ਬਾਬੂ ਲਾਲ। ਡੈਡੀ ਦਾ ਨਾਮ? ਸੋਹਨ ਲਾਲ। ਪਿੰਡ? ਅਬੋਹਰ। ਗਲੀ ਨੰਬਰ? ਇਹਨਾਂ ਪ੍ਰੈਪਰੇਸ਼ਨ ਕਰਾ ਆਉਣਾ ਆਏ ਸੀ, ਫਿਰ ਉਹ ਭਾਵਨਾ ਮੈਡਮ ਆਇਆ ਨਹੀਂ ਕਾਲਾ, ਉਹ ਕਹਿੰਦਾ ਕਿ ਡਾਕਟਰ ਬਾਹਰੋਂ ਆਏਗੇ, ਡਾਕਟਰ ਬਾਹਰੋਂ ਆਏਗੇ, ਪੈਸੇ ਲੱਗੇਗੇ, ਫਿਰ 35 ਰੁਪਏ ਮੰਗੇ ਸੀ, ਫਿਰ ਉਹਨੂੰ ਮੈਂ 2,000 ਦਿੱਤੇ ਸੀ। ਕਿੰਨੇ ਮੰਗੇ ਸੀ ਪੈਸੇ? ਕਾਲੇ ਨੇ। ਕਾਲਾ ਕੌਣ ਹੈ? ਉਹ ਭਾਵਨਾ ਮੈਡਮ ਆ ਕੇ ਪਰਚੀ ਫਿਰਦਾ ਪੋ ਹੈ। ਤੁਸੀਂ ਜਿਹੜੇ ਪੈਸੇ ਦਿੱਤੇ ਸੀ ਕੋਈ ਵੀਡੀਓ ਵਗੈਰਾ ਨਹੀਂ? ਨਹੀਂ ਹੈ ਜੀ। ਤੁਹਾਨੂੰ ਕੀ ਕਹਿ ਕੇ ਲਿਆ ਸੀ ਪੈਸੇ? ਕਹੇ ਡਾਕਟਰ ਬਾਹਰੋਂ ਡਾਕਟਰ ਆਓਗੇ, ਕਹੇ ਪੈਸੇ ਲੱਗੇਗੇ। ਅਤੇ ਕਿੰਨੇ ਦਿਨ ਹੋ ਗਏ ਤੁਹਾਡੇ ਵੀ? 7 ਤਾਰੀਖ ਨੇ, 7 ਤਾਰੀਖ ਨੇ 8:00 33 ਮਿੰਟ ਪੈਸਾ ਦੀਆ ਸੀ ਪ੍ਰੈਸ਼ਨ ਕਰਿਆ ਬਾਅਦ ਮੈਂ। ਸਰਕਾਰ ਤੋਂ ਕੀ ਮੰਗ ਕਰਦੇ ਜੀ? ਹਾਂ, ਮਾਰੀ ਮਦਦ ਹੋਣੀ ਚਾਹੀਏ, ਵੈਸੇ ਪੈਸਾ ਵਾਪਸ ਹੋਣਾ ਚਾਹੀਏ, ਮਾਰਾ ਇਹ ਸਾਰਾ ਹਿਸਾਬ ਹੋਣਾ ਚਾਹੀਏ। ਸਰਕਾਰ ਤੋਂ ਮੰਗੇ ਨਾ ਓਕੇ, ਸਰਕਾਰ ਨੇ ਪਹਿਲਾਂ ਕਿ ਪੈਸੇ ਨਹੀਂ ਲੱਗੇ, ਲਈ ਨਹੀਂ ਲੱਗੇਗੇ, ਅਬ ਸਾਹਮੂ ਰਹੇ ਪੈਸੇ ਲੈ ਰਹੀ ਹੈ, ਫਿਰ ਸਿਉ ਦੇਖਿਆ ਕਿਆ ਚੀਜ਼ ਕੀ ਹਿਸਾਬ ਦੀ ਕੀ ਮੰਗ ਕਰਦੇ? ਸਾਰਾ ਨਾਲ ਹਿਸਾਬ ਹੋਣਾ ਚਾਹੀਏ। ਇਸੇ ਤਰ੍ਹਾਂ ਹੀ ਇੱਕ ਹੋਰ ਵਿਅਕਤੀ ਨੇ ਉਹਨਾਂ ਕੋਲੋਂ 5,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਲਗਾਏ ਨੇ। ਇਸ ਬਾਰੇ ਬੇਅੰਤ ਸਿੰਘ ਵਾਸੀ ਪਿੰਡ ਡਿੰਪਾ ਵਾਲੀ ਨੇ ਦੱਸਿਆ ਕਿ ਮਿਤੀ 8/10/2022 ਨੂੰ ਉਹ ਆਪਣੀ ਗਰਭਵਤੀ ਪਤਨੀ ਮਨਪ੍ਰੀਤ ਕੌਰ ਦਾ ਆਪਰੇਸ਼ਨ ਕਰਾਉਣ ਲਈ ਸਰਕਾਰੀ ਹਸਪਤਾਲ ਅਬੋਹਰ 'ਚ ਲੈ ਕੇ ਗਿਆ ਸੀ। ਇਸ ਤੋਂ ਬਾਅਦ ਜਦੋਂ ਉਸਦੀ ਪਤਨੀ ਮਨਪ੍ਰੀਤ ਕੌਰ ਨੇ ਬੱਚੇ ਨੂੰ ਜਨਮ ਦਿੱਤਾ ਤਾਂ ਆਸ਼ਾ ਵਰਕਰ ਸਵਰਨਜੀਤ ਕੌਰ ਨੇ ਉਹਨਾਂ ਕੋਲੋਂ ਉਸਦੀ ਪਤਨੀ ਦੇ ਆਪਰੇਸ਼ਨ ਕਰਨ ਤੋਂ ਪਹਿਲਾਂ ਹੀ ਇਹ ਕਹਿ ਕੇ 5,000 ਰੁਪਏ ਦੀ ਮੰਗ ਕੀਤੀ ਕਿ ਬਾਹਰੋਂ ਡਾਕਟਰਾਂ ਦੀ ਟੀਮ ਨੇ ਆਉਣਾ ਹੈ, ਜਿਸ ਤੋਂ ਬਾਅਦ ਉਹਨਾਂ ਨੇ ਆਸ਼ਾ ਵਰਕਰ ਸਵਰਨਜੀਤ ਕੌਰ ਨੂੰ 5,000 ਰੁਪਏ ਦੇ ਦਿੱਤੇ। ਉਹਨਾਂ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਆਸ਼ਾ ਵਰਕਰ ਹਰੇਕ ਮਰੀਜ਼ਾਂ ਤੋਂ ਪੈਸੇ ਲੈ ਕੇ ਆਪਣੀ ਠੱਗੀ ਦਾ ਸ਼ਿਕਾਰ ਬਣਾ ਰਹੀ ਹੈ। ਉਹਨਾਂ ਨੇ ਵੀ SMO ਅਬੋਹਰ ਨੂੰ ਲਿਖਤੀ ਦਰਖਾਸਤ ਰਾਹੀਂ ਆਸ਼ਾ ਵਰਕਰ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ। ਸਿਵਲ ਹਸਪਤਾਲ ਅਬੋਹਰ 'ਚ ਰਿਸ਼ਵਤ ਲੈਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ, ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ, ਜਿਸ ਕਾਰਨ ਇੱਥੇ ਆ ਰਹੇ ਮਰੀਜ਼ ਧੋਖਾਧੜੀ ਦਾ ਸ਼ਿਕਾਰ ਹੋ ਰਹੇ ਨੇ। ਇੱਥੇ ਆਉਣ ਵਾਲੇ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਦੇਣ ਦੀ ਬਜਾਏ ਰਿਸ਼ਵਤ ਦੇ ਮਾਮਲੇ ਆਉਣ ਕਾਰਨ ਸਿਵਲ ਹਸਪਤਾਲ ਅਬੋਹਰ ਬੁੱਚੜਖਾਨਾ ਬਣ ਕੇ ਰਹਿ ਗਿਆ ਹੈ। ਬਾਜੀ ਕੀ ਨਾਮ ਹੈ? ਬੇਅੰਤ ਸਿੰਘ। ਡੈਡੀ ਦਾ ਨਾਮ? ਗੁਰਮੀਤ ਸਿੰਘ। ਪਿੰਡ? ਟਿੱਪਾਂ ਵਾਲੀ, ਜ਼ਿਲ੍ਹਾ ਫਾਜ਼ਿਲਕਾ। ਇਹ ਆਪਣਾ ਇੱਕ ਘਰ ਦੀ ਦਾ ਕੇਸ ਹੋਇਆ ਇੱਥੇ ਆਪਰੇਸ਼ਨ, ਮੇਰੇ ਤੋਂ 5,000 ਰੁਪਇਆ ਲਿਆ ਆਸ਼ਾ ਵਰਕਰ ਨੇ ਵੀ ਮੈਡਮ ਮੰਗਦੀ ਹੈ ਡਾਊਨ 8 ਤਰੀਕ ਨੂੰ ਜੀ। ਤੁਸੀਂ ਕੋਈ ਸਿਵਲ ਸਰਜਨ ਐਪਲੀਕੇਸ਼ਨ ਦਿੱਤੀ ਹੈ ਜੀ? ਕੀ ਉਹਨਾਂ ਨੇ? ਉਹ ਕਹਿੰਦੇ ਕਰਦੇ ਹਾਂ ਕਾਰਵਾਈ। ਹਾਂਜੀ, ਸਰਕਾਰ ਤੋਂ ਤੁਹਾਨੂੰ ਕੋਈ ਸਹੂਲਤ? ਕੋਈ ਸਹੂਲਤ ਨਹੀਂ ਜੀ, ਪੈਸੇ ਤਾਂ ਜੇ ਪੱਲੋਂ ਦੇ ਜਾਂਦੇ, ਸਰਕਾਰ ਨੇ ਕੀ ਸਹੂਲਤ ਦਿੱਤੀ ਸਾਨੂੰ? ਗਰੀਬਾਂ ਦਾ ਖੂਨ ਚੂਸ ਰਹੇ। ਜਿਹੜੇ ਪੈਸੇ ਫੜੇ ਸੀ, ਪੈਸੇ ਕਿੰਨੇ ਫੜੇ ਸੀ? ਕੀ ਨਾਮ ਆਸ਼ਾ ਵਰਕਰ? ਸਵਰਨਜੀਤ ਕੌਰ ਅੱਜ ਆਸ਼ਾ ਵਰਕਰ ਦਾ ਨਾਮ। 5,000 ਰੁਪਏ ਉਹਨੇ ਫੜਿਆ। ਉਹਨਾਂ ਨੇ ਤੁਹਾਨੂੰ ਕੀ ਕਹਿ ਕੇ ਪੈਸੇ ਮੰਗੇ ਸੀ? ਉਹ ਕਹਿੰਦੇ ਵੀ ਡਾਕਟਰ ਪੈਸੇ ਮੰਗਦੀ ਆ, ਉਹਨੇ ਕਿਹਾ ਕੰਪਾਊਂਡਰ ਨੂੰ ਦਿੱਤੇ ਕਾਲੇ ਨੂੰ।
ਤੁਹਾਡੀ ਕੋਈ ਡਾਕਟਰ ਨਾਲ ਗੱਲ ਕਰਾਈ ਸੀ? ਨਹੀਂ ਜੀ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ? ਇਹਨਾਂ ਦੀ ਕਾਰਵਾਈ ਕੀਤੀ ਜਾਵੇ ਜੀ, ਸਾਡੇ ਪੈਸੇ ਵਾਪਸ ਦਵਾਏ ਜਾਣ। ਇਹ ਅਸੀਂ ਵੀਰਵਾਰ ਨੂੰ ਪੇਸ਼ੈਂਟ ਨੂੰ ਲੈ ਕੇ ਆਏ ਸੀਗੇ ਜੀ, ਅਤੇ 2-3 ਦਿਨ ਤਾਂ ਅਸੀਂ ਵੈਸੇ ਹੀ ਪਾਈ ਰੱਖਿਆ, ਕਹਿੰਦੇ ਨੋਰਮਲ ਡਿਲੀਵਰੀ ਹੋਊਗੀ ਨੋਰਮਲ ਡਿਲੀਵਰੀ, ਪਰ ਨੋਰਮਲ ਡਿਲੀਵਰੀ ਨਹੀਂ ਹੋਈ ਜੀ। ਅਤੇ ਬਾਅਦ 'ਚ ਅਸੀਂ ਮੈਡਮ ਨੂੰ ਪੁੱਛਿਆ ਕਾਊਂਟਰ 'ਤੇ, ਮੈਡਮਾਂ ਦੇ ਵੀ ਡਾਕਟਰ ਭਾਵਨਾ ਆਉਣਗੇ ਅਤੇ ਉਹ ਸਿਜੇਰੀਨ ਬਾਰੇ ਦੱਸਣਗੇ। ਅਤੇ ਉਸ ਤੋਂ ਬਾਅਦ ਅਸੀਂ ਭਾਵਨਾ ਮੈਡਮ ਕੋਲ ਗਏ ਦੂਸਰੇ ਦਿਨ, ਮਤਲਬ ਕਿ 8 ਤਰੀਕ ਨੂੰ ਜੀ। ਅਤੇ ਉਹਨਾਂ ਨੇ 8 ਤਰੀਕ ਨੂੰ ਭਾਵਨਾ ਮੈਡਮ ਨੂੰ ਮਿਲੇ, ਭਾਵਨਾ ਮੈਡਮਾਂ ਦੇ ਕਹਿੰਦੇ ਕਿ ਵੈਸੇ ਤਾਂ ਨੋਰਮਲ ਡਿਲੀਵਰੀ ਹੋ ਜੂਗੀ ਅਤੇ ਬਾਕੀ ਤੁਹਾਡੀ ਇੱਛਾ। ਫਿਰ ਅਸੀਂ ਇੱਕ ਇਹਨਾਂ ਚਾਚੀ ਸੀਗੇ ਨਾਲ ਮੇਰੇ, ਉਹ ਆਉਂਦੇ ਕਹਿੰਦੇ ਆ ਕਿ ਵੀ ਆਪਾਂ ਸਜੇਰੇ ਨਹੀਂ ਕਰਵਾ ਲੈਂਦੇ, ਵੀ 3-4 ਦਿਨ ਤਾਂ ਹੋ ਗਿਆ ਆਪਾਂ ਨੂੰ ਅੱਗੇ ਪਿਆ ਨੂੰ। ਅਤੇ ਉਸ ਤੋਂ ਬਾਅਦ ਅਸੀਂ ਜਦੋਂ ਆ ਗਏ ਅਤੇ ਉਹਨਾਂ ਦਾ ਜਿਹੜਾ ਕੰਪਾਊਂਡਰ ਕਾਲਾ ਸਿੰਘ ਆ, ਉਹ ਆਉਂਦਾ ਕਹਿੰਦਾ ਕਿ ਦੀਦੀ ਤੁਸੀਂ ਪੇਸ਼ੈਂਟ ਨੂੰ ਪਾ ਕੇ ਆ ਜਾਓ ਜੀ, ਅਤੇ ਆਪਾਂ ਗੱਲਬਾਤ ਕਰਨੀ ਆ। ਅਤੇ ਉਹਨਾਂ ਨੇ ਬਾਅਦ 'ਚ ਮੈਂ ਅਤੇ ਵੀਰਾ ਅਤੇ ਆਪਦੀ ਚਾਚੀ ਗਏ, ਜਦੋਂ ਉਹਦੇ ਨਾਲ ਗੱਲ ਕੀਤੀ, ਉਹ ਆਉਂਦਾ ਕਹਿੰਦਾ ਕਿ ਵੀ ਅਸੀਂ ਡਾਕਟਰ ਬੁਲਾਉਣਾ ਟੀਕੇ ਵਾਲਾ ਬਾਹਰੋਂ। ਉਹ ਆਉਂਦਾ ਕਹਿੰਦਾ ਵੀ ਮੈਂ, ਅਸੀਂ ਉਹਨਾਂ ਨੂੰ ਪੁੱਛਿਆ ਵੀ, ਉਹ ਆਉਂਦਾ ਕਹਿੰਦਾ ਫੀਸ ਲੱਗੂਗੀ, ਠੀਕ ਹੈ, ਉਹ ਆਉਂਦਾ ਫੀਸ ਲੱਗੂਗੀ। ਅਸੀਂ ਪੁੱਛਿਆ ਵੀ ਫੀਸ ਕਿੰਨੀ ਕੁ ਲੱਗੂਗੀ, ਉਹ ਉਹਨਾਂ ਨੇ ਕਿਹਾ ਵੀ ਘੱਟੋ ਘੱਟ 10,000 ਤਾਂ ਪਹਿਲਾਂ ਉਹਨਾਂ ਨੇ ਕਿਹਾ ਸੀ। ਬਾਅਦ 'ਚ ਮੈਂ ਉਹਨਾਂ ਨੂੰ ਕਿਹਾ ਵੀ ਵੀਰੇ ਇੰਨੇ ਜੋਕਰੇ ਹੈ ਨਹੀਂਗੇ, ਜੇ ਇੰਨੇ ਜੋਕਰੇ ਹੁੰਦੇ ਤਾਂ ਅਸੀਂ ਪ੍ਰਾਈਵੇਟ ਕਰਵਾ ਲੈਂਦੇ। ਅਤੇ ਬਾਅਦ 'ਚ ਕਹਿੰਦਾ ਕਿ ਚੱਲ ਕੋਈ ਨਹੀਂ ਦੀਦੀ, ਆਖੇ ਆਪਾਂ ਕਰ ਲਾਂਗੇ। ਮੈਡਮ ਸਾਹਮਣੇ ਸਾਡੀ ਕੋਈ ਗੱਲ ਨਹੀਂ ਹੋਈ, ਬਾਰ ਬਾਰ ਰੂਮ ਤੋਂ ਮੈਡਮ ਦੇ ਗੱਲ ਹੋਈ ਆ। ਉਹਨਾਂ ਨੇ ਬਾਅਦ 'ਚ 5,000 ਰੁਪਇਆ ਲਿੱਤਾ ਸਾਥ ਹੋਈ। ਕੇਸ ਦੀ ਡਿਲੀਵਰੀ ਸਾਡੀ 1:37 'ਤੇ ਹੋਈ ਆ, 1:37 ਤੋਂ ਪਹਿਲਾਂ ਉਹਨਾਂ ਨੇ ਪੈਸੇ ਲਿੱਤੇ ਆ ਸਾਥੋਂ। ਇਹ ਅੱਗੇ ਵੀ ਕਈ ਵਾਰ ਮਾਮਲਾ ਸਾਹਮਣੇ ਆਇਆ ਕਿ ਪਹਿਲੀ ਵਾਰ ਕੇਸ ਆਇਆ ਤੁਹਾਡਾ? ਮੈਂ ਤਾਂ ਨਵੀਂ ਹਾਂ ਜੀ, ਮੈਨੂੰ 5 ਮਹੀਨੇ ਹੋਏ ਲੱਗੀ ਨੂੰ, ਮੈਂ ਪਹਿਲੀ ਵਾਰ ਲੈ ਕੇ ਆਈ ਜੀ ਡਿਲੀਵਰੀ ਕੇਸ। ਪਰ ਪਹਿਲਾਂ ਅਸੀਂ ਇਹ ਸੁਣਦੇ ਸੀ ਵੀ ਸਰਕਾਰੀ 'ਚ ਪੈਸੇ ਨਹੀਂ ਲੱਗਦੇ, ਪਰ ਮੈਨੂੰ ਇਹੀ ਕਨਫਿਊਜ਼ ਸੀ, ਮੈਂ ਵੀਰੇ ਨੂੰ ਇਹੀ ਗੱਲ ਕਹੀ ਸੀ ਵੀ ਆਪਾਂ ਇਹ ਆਉਂਦਾ ਮੈਨੂੰ ਫੋਨ ਕਰਕੇ ਆਉਂਦੇ, ਕਹਿੰਦੇ ਕਿ ਪੈਸੇ ਲੱਗੇ ਆ, ਇਹਨਾਂ ਨੇ ਜਾਇਜ਼ ਲਿੱਤੇ ਆ। ਅਤੇ ਮੈਂ ਵੀਰੇ ਨੂੰ ਕਿਹਾ ਤੁਸੀਂ ਜਾਂਚ ਕਰੋ, ਮੈਂ ਇਹੀ ਗੱਲ ਕਹੀ ਸੀ ਬੇਅੰਤ ਵੀਰੇ ਨੂੰ। ਇਹਨਾਂ ਨੇ ਪੜਤਾਲ ਕੀਤੀ ਤਾਂ ਪਤਾ ਲੱਗਿਆ ਵੀ ਇਹਨਾਂ ਨੇ ਨਜਾਇਜ਼ ਪੈਸੇ ਲਏ। ਨਹੀਂ ਜੀ ਨਹੀਂ, ਨਹੀਂ ਜੀ, ਹਾਂਜੀ ਅਸੀਂ ਕਿਹਾ ਸੀਗਾ। ਅਤੇ ਉਹ ਆਉਂਦਾ ਕਹਿੰਦਾ ਵੀ ਮੈਂ ਗੱਲ ਕਰ ਲਈ ਤਾਂ ਡਾਕਟਰ ਨੇ ਗੱਲ ਕਰ ਲਈ। ਬਾਅਦ 'ਚ ਉਹ ਆਉਂਦਾ ਕਹਿੰਦਾ ਘਰਦਿਆਂ ਨੂੰ ਆਉਂਦਾ ਵੀ ਆਸ਼ਾ ਵਰਕਰ ਨੂੰ ਪੈਸੇ ਫੜਾ ਦਿਓ, ਵੀ ਫੜਾ ਜੂਗੀ ਮੈਨੂੰ। ਮੈਂ ਉਹਨਾਂ ਨੂੰ ਕਿਹਾ ਗਾ ਵੀ ਆਸ਼ਾ ਵਰਕਰ ਜਦੋਂ ਮੈਂ ਪੈਸੇ ਫੜਾਉਣ ਗਈ ਉਹਨੂੰ ਮੈਂ ਕਿਹਾ ਵੀਰੇ ਕੋਈ ਰਸੀਦ ਵਗੈਰਾ, ਉਹਨੇ ਬਾਹਰ ਮੈਡਮ ਦੇ ਰੂਮ ਤੋਂ ਪੈਸੇ ਲਏ ਅਤੇ ਕੋਈ ਰਸੀਦ ਨਹੀਂ। ਕਾਲੇ ਨੂੰ ਜੀ, ਕਾਲਾ ਆਉਂਦਾ ਕਹਿੰਦਾ ਕਿ ਵੀ ਬਾਹਰ ਆ ਗਿਆ ਜੀ ਉਹ, ਅਤੇ ਡਾਕਟਰ ਨੂੰ ਨਹੀਂ ਸਾਨੂੰ ਨਾ ਉਹਨੇ ਮਿਲਣ ਦਿੱਤਾ ਅਤੇ ਨਾ ਗਾਂਹ ਜਾਣ ਦਿੱਤਾ। ਨਹੀਂ ਜੀ, ਸਾਡੇ ਕੋਲ ਕੋਈ ਫੋਨ ਨਹੀਂ ਸੀ ਮੈਡਮ ਦਾ, ਨਾ ਹੀ ਅਸੀਂ ਫੋਨ ਕੀਤਾ ਜੀ ਉਹਨਾਂ ਨੂੰ। ਕਾਰਵਾਈ ਦੀ ਮੰਗ ਕਰਦੇ ਵੀ ਜਾਂ ਤਾਂ ਪੇਸ਼ੈਂਟ ਨੂੰ ਉਹਨੂੰ ਕਿ ਪੈਸੇ ਵਾਪਸ ਕਰ ਦੇ, ਅਤੇ ਜਾਂ ਕੋਈ ਸਖਤ ਕਾਰਵਾਈ ਹੋਵੇ ਉਹਨਾਂ ਨੂੰ। ਇੱਕ ਮਾਮਲਾ ਹੋਰ ਸਾਹਮਣੇ ਆਇਆ, ਕਹਿੰਦੇ ਵੀ 35 ਰੁਪਏ ਮੰਗਿਆ ਸੀ ਅਤੇ ਉਹਨਾਂ 2,000 ਰੁਪਏ ਗੱਲ ਮਿਲੀ। ਅੱਛਾ ਜੀ, ਹਾਂਜੀ, ਉਹ ਨਾਲ ਹੀ ਸੀ ਸਾਡੀ ਜਿਹੜੇ ਉਰਲੇ ਪਾਸੇ ਫਸਟ ਬੈੱਡ 'ਤੇ ਪੇਸ਼ੈਂਟ ਪਏ ਆ, ਉਹਨਾਂ ਦੇ ਵਿਚਾਰੀਆਂ ਦੇ 3 ਬੇਟੀਆਂ, 3-4 ਫੇਰ ਹੋ ਗਈ। ਪੈਸੇ ਹੀ ਮੰਗ ਰਹੇ ਜੀ, ਜਦੋਂ ਮੰਨ ਕੇ ਚਲੋ ਘਰ ਵੀ ਘਰ ਵਾਲੇ ਵੀ ਫਸੇ ਹੁੰਦੇ ਆ, ਆਸ਼ਾ ਵੀ ਫਸੀ ਹੁੰਦੀ ਆ ਵੀ ਕੋਈ ਬੱਚੇ ਦੀ ਕੰਡੀਸ਼ਨ ਨਾ ਖਰਾਬ ਹੋ ਜੇ, ਮਜਬੂਰੀ 'ਚ ਫਿਰ ਘਰ ਵਾਲਿਆਂ ਨੂੰ ਵੀ ਦੇਣੇ ਪੈਂਦੇ ਅਤੇ ਆਸ਼ਾ ਨੂੰ ਵੀ ਕਹਿਣਾ ਪੈਂਦਾ ਘਰ ਵਾਲਿਆਂ ਨੂੰ ਵੀ। A1 ਮੀਡੀਆ ਲਈ ਅਬੋਹਰ ਤੋਂ ਗੁਰਨਾਮ ਸਿੰਘ ਸੰਧੂ ਦੀ ਖਾਸ ਰਿਪੋਰਟ।